ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਡੇਢ ਦਰਜਨ ਦੇ ਕਰੀਬ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਅਤੇ ਨਸ਼ਾ ਸਮਗਲਰਾਂ ਨੂੰ 550 ਗ੍ਰਾਮ ਹੈਰੋਨ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਭਿੱਖੀਵਿੰਡ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਤਰਨ ਤਾਰਨ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ਅਤੇ ਥਾਣਾ ਮੁਖੀ SHO ਬਲਵਿੰਦਰ ਸਿੰਘ ਭਿੱਖੀਵਿੰਡ ਦੀ ਅਗਵਾਈ ਵਿੱਚ SI ਨਰਿੰਦਰ ਕੁਮਾਰ ਅਤੇ SI ਅੰਮ੍ਰਿਤਪਾਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਚੇਲਾ ਮੋੜ ਕਲੋਨੀ ਕੋਲ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਅਲਗੋ ਕੋਠੀ ਵਾਲੇ ਪਾਸਿਓਂ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਮੋਨੇ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਨੇੜੇ ਆਉਣ 'ਤੇ ਜਦ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਮੋਟਰਸਾਈਕਲ ਹੌਰੀ ਕਰਕੇ ਪਿੱਛੇ ਨੂੰ ਮੁੜਨ ਲੱਗੇ, ਪਰ ਮੋਟਰਸਾਈਕਲ ਸਲਿੱਪ ਹੋ ਕੇ ਹੇਠਾਂ ਡਿੱਗ ਪਏ। ਜਿਨ੍ਹਾਂ ਨੂੰ SI ਨਰਿੰਦਰ ਕੁਮਾਰ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਸ਼ੁਬੇਗ ਸਿੰਘ ਉਰਫ ਸ਼ੇਗਾ, ਪੁੱਤਰ ਅਜੀਤ ਸਿੰਘ ਵਾਸੀ ਮੱਲਾ ਥਾਣਾ ਵੈਰੋਵਾਲ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਮਨਦੀਪ ਸਿੰਘ ਉਰਫ ਸ਼ੱਬਾ, ਪੁੱਤਰ ਸਤਨਾਮ ਸਿੰਘ ਵਾਸੀ ਚਾਟੀਵਿੰਡ ਦੱਸਿਆ। ਇਹਨਾਂ ਪਾਸ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਪੈਣ 'ਤੇ ਮੈਨੂੰ ਮੌਕੇ 'ਤੇ ਬੁਲਾ ਕੇ ਜਦੋਂ ਤਲਾਸ਼ੀ ਕੀਤੀ ਗਈ ਤਾਂ ਪੁੱਛਗਿੱਛ ਦੌਰਾਨ ਪਿਛਲੇ ਦਿਨੀ ਅੱਡਾ ਭਿੱਖੀਵਿੰਡ ਵਿਖੇ ਇੱਕ ਵਿਅਕਤੀ ਦੀ ਜੇਬ ਵਿੱਚੋਂ 2 ਲੱਖ ਰੁਪਏ ਖਿੱਚ ਕੇ ਲੈ ਜਾਣ ਦੀ ਵਾਰਦਾਤ ਤੋਂ ਇਲਾਵਾ 14 ਦੇ ਕਰੀਬ ਅਜਿਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। DSP ਮਾਨ ਨੇ ਕਿਹਾ ਕਿ ਇਹਨਾਂ ਦੋਹਾਂ ਨੌਜਵਾਨਾਂ ਨੇ ਮੰਨਿਆ ਹੈ ਕਿ ਹੁਣ ਤੱਕ ਇਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਆਪ ਖੁਦ ਨਸ਼ੇ ਦੇ ਆਦੀ ਦੱਸਦੇ ਹਨ। ਇਹਨਾਂ ਖਿਲਾਫ਼ ਥਾਣਾ ਸਿਟੀ ਤਰਨ ਤਾਰਨ, ਜੰਡਿਆਲਾ ਗੁਰੂ ਅਤੇ ਥਾਣਾ ਸਰਿਆਲੀ ਵਿਖੇ ਕਈ ਮੁਕੱਦਮੇ ਦਰਜ ਹਨ। ਥਾਣਾ ਸਰਿਆਲੀ ਦੇ ਮੁਕੱਦਮੇ ਵਿੱਚੋਂ ਮਨਦੀਪ ਸਿੰਘ PO ਚੱਲ ਰਿਹਾ ਹੈ, ਜਦਕਿ ਸ਼ੁਬੇਗ ਸਿੰਘ ਖਿਲਾਫ਼ ਥਾਣਾ ਵੈਰੋਵਾਲ ਵਿਖੇ ਮੁਕੱਦਮੇ ਦਰਜ ਹਨ। DSP ਮਾਨ ਨੇ ਕਿਹਾ ਕਿ ਖਾਸ ਗੱਲ ਇਹ ਹੈ ਕਿ ਮਨਦੀਪ ਸਿੰਘ ਆਪਣਾ ਅਸਲ ਨਾਮ ਲੁਕਾ ਕੇ ਆਪਣਾ ਗਲਤ ਪਤਾ ਦੱਸ ਰਿਹਾ ਸੀ, ਜਦਕਿ ਇਸਦਾ ਅਸਲ ਨਾਮ ਸਰਬਜੀਤ ਸਿੰਘ ਉਰਫ ਸ਼ੱਬਾ, ਪੁੱਤਰ ਸਤਨਾਮ ਸਿੰਘ ਵਾਸੀ ਖਡੂਰ ਸਾਹਿਬ ਪੱਤੀ ਲੰਮਿਆਂ ਦਾ ਵਸਨੀਕ ਹੈ, ਪਰ ਇਸ ਵੱਲ ਪਹਿਲਾਂ ਆਪਣਾ ਨਾਮ ਪਤਾ ਚਾਟੀਵਿੰਡ ਦੱਸਿਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਖਿਲਾਫ਼ ਅਧੀਨ ਧਾਰਾ 2185 NDPC ਐਕਟ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਹੈ, ਜਿੱਥੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਹਨਾਂ ਪਾਸਿਓਂ ਬਰਾਮਦ ਅਪਾਚੀ ਮਾਰਕਾ ਮੋਟਰਸਾਈਕਲ ਅਤੇ ਇਹਨਾਂ ਵੱਲੋਂ ਕੀਤੀਆਂ ਲੁੱਟਾਂ ਖੋਹਾਂ ਦੀਆਂ ਤਫਤੀਸ਼ ਕੀਤੀ ਜਾ ਰਹੀ ਹੈ, ਜਦਕਿ ਬਰਾਮਦ ਹੋਈ ਹੈਰੋਇਨ ਬਾਰੇ ਮੰਨਿਆ ਹੈ ਕਿ ਇਹ ਹੈਰੋਇਨ ਮਰਾਏ ਦੇ ਇੱਕ ਵਿਅਕਤੀ ਕੋਲੋਂ ਲਿਆਏ ਸਨ, ਜੋ ਕਿ ਉਸਦੇ ਕਹਿਣ 'ਤੇ ਪਿੰਡ ਸੁਰ ਸਿੰਘ ਵਿਖੇ ਰਾਜਵਿੰਦਰ ਸਿੰਘ ਉਰਫ ਹੈਪੀ ਨਾਮ ਦੇ ਵਿਅਕਤੀ ਨੂੰ ਸਪਲਾਈ ਕਰਨ ਜਾ ਰਹੇ ਸਨ। DSP ਸੁਲੱਖਣ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। PO ਦੇ ਡਰ ਕਰਕੇ ਵਾਪਰਿਆ ਨਾ ਜਾਵੇ, ਇਹਨੇ ਗਲਤ ਨਾਮ ਆਪਣਾ ਮਨਦੀਪ ਸਿੰਘ ਲੈ ਕੇ ਇਹ ਰਾਮ ਤੀਰਥ ਰੋਡ 'ਤੇ ਰਹਿ ਰਹੇ। ਬਿਲਕੁਲ, ਜਿਹੜਾ ਇਹ ਅਪਾਚੇ ਮੋਟਰਸਾਈਕਲ ਹੈਗਾ, ਇਹਨਾਂ ਨੇ ਇਹ ਚੋਰੀ ਕੀਤਾ। ਇਹਨੇ ਜਿਹੜਾ ਇਹ ਸਰਬਜੀਤ ਹੈਗਾ, ਉੱਥੋਂ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਇਹ ਦੂਸਰੇ ਸਾਥੀ ਨੂੰ ਆਪਣੇ ਤਰਨ ਤਰਨ ਸੱਦ ਲੈਂਦਾ, ਉੱਥੋਂ ਬਿਠਾ ਕੇ ਪੇਪਰ ਲੈ ਕੇ ਜਾਂਦਾ। ਇਹਦੇ ਦਿਮਾਗ 'ਚ ਇੱਕ ਗੱਲ ਹੈਗੀ ਹੈ ਕਿ ਜਿਹੜੇ ਖੇਮਕਰਨ ਬਟੋਆ ਭਿੱਖੀਵਿੰਡ ਦੇ ਏਰੀਏ ਦੇ ਲੋਕ ਨੇ, ਉਹ ਜ਼ਿਆਦਾਤਰ ਕੁੜਤੇ ਪਜਾਮੇ ਪਾਉਂਦੇ ਨੇ। ਉਹਨਾਂ ਦੇ ਵਿੱਚ ਜਿਹੜੀ ਸੱਜੀ ਜੇਬ 'ਚ ਪੈਸੇ ਹੋਏ ਨੇ, ਜਦੋਂ ਦੇਖ ਲੈਂਦੇ ਵੀ ਇਸ ਜਾਨ ਜਿਹੜਾ ਮੋਟਰਸਾਈਕਲ ਬਾਈਕ 'ਤੇ ਜਾ ਰਿਹਾ, ਉਹਦੀ ਸੇਫ ਜੇਬ ਭਾਰੀ ਹੈ, ਤਾਂ ਉਹ ਜੇਬ ਲਾਗੋ ਜਾ ਕੇ ਖਿੱਚ ਕੇ ਪਾ ਜਾਂਦੇ। ਭਿੱਖੀਵਿੰਡ ਦੇ ਏਰੀਏ 'ਚ 3, ਬਲਟੋਏ ਦੇ ਏਰੀਏ 'ਚ 1, 2, 3 ਪੱਟੀ ਦੇ ਏਰੀਏ ਵਿੱਚ 3, ਝਬਾਰ ਦੇ ਏਰੀਏ ਦੇ ਵਿੱਚ ਜਿਹੜੀਆਂ ਸਾਡੀਆਂ ਇਹ ਰਜਿਸਟਰ ਵਾਰਦਾਤਾਂ ਨੇ,
ਕੁਛ ਵਾਰਦਾਤਾਂ ਅਨਰਜਿਸਟਰਡ ਨੇ ਜਿਹਨਾਂ ਕੋਲੋਂ ਇਹ ਵੀ ਮੰਨਦੇ ਆ ਕਿ ਕਈਆਂ ਲੋਕਾਂ ਦੇ ਵਿੱਚੋਂ ਜਦੋਂ ਜੇਲ੍ਹ ਖਿੱਚ ਕੇ ਲੈ ਕੇ ਜਾਂਦੇ ਆ ਉਹਨਾਂ 'ਚ ਪੈਸੇ ਨਹੀਂ ਮਿਲਦੇ, ਉਹ ਕੋਈ ਕਾਗਜ਼ ਪੱਤਰ ਹੁੰਦੇ ਆ ਤਾਂ ਉਹ ਜਿਹੜੇ ਲੋਕ ਜਿਹਨਾਂ ਦੇ ਪੈਸੇ ਨਹੀਂ ਗਏ ਹੁੰਦੇ ਉਹ ਪੁਲਿਸ ਕੋਲੋਂ ਤਲਾਸ਼ ਦੇਣ ਨਹੀਂ ਆਉਂਦੇ, ਉਹ ਅਜਿਹੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਨੇ ਉਹ ਰਜਿਸਟਰ ਨਹੀਂ ਹੁੰਦੀਆਂ। ਸਰ ਕਿਹੜੀ NDPS ਐਕਟ ਦੇ ਤਹਿਤ ਇਹਨਾਂ ਮੁਕਦਮਾ ਦਰਜ ਕੀਤਾ? ਬਾਕੀ ਜਿਹੜਾ ਇਹਨੇ ਫੇਕ ਆਪਣਾ ਨਾਮ ਦੱਸਿਆ ਉਹਦੇ ਸੰਬੰਧ ਵਿੱਚ ਵੱਖਰੀ ਉਹਦੀ ਧਾਰਾ ਵੀ ਲਈ ਗਈ। ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।